ਚੋਣਾਂ ਮੌਕੇ SYL ਦਿੱਲੀ ਕਤਲੇਆਮ ਸਾਕਾ ਨੀਲਾਤਾਰਾ ਵਰਗੇ ਮੁੱਦੇ ਚੁੱਕਣ ਵਾਲੇ ਬਾਦਲ ਸਾਹਿਬ ਹੱਥ ਵਿੱਚ ਤਾਕਤ ਆਉਂਦੇ ਹੀ ਆਪਣਾ ਕਾਰੋਬਾਰ ਸੈੱਟ ਕਰਨ ਵਿੱਚ ਜੁੱਟ ਜਾਂਦੇ ਨੇ। ਇਹ ਤਿੱਖੇ ਸ਼ਬਦੀ ਵਾਰ ਆਮ ਆਦਮੀ ਪਾਰਟੀ ਤੋਂ ਪੰਜਾਬ ਤੋਂ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕੀਤੇ ਨੇ। ਗੁਰਦਾਸਪੁਰ ਦੇ ਕਸਬਾ ਕੋਟਲੀ ਸੂਰਤ ਮੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਰੈਲੀ ਕੀਤੀ ਗਈ ਸੀ ਜਿਸ ਵਿੱਚ ਸੁੱਚਾ ਸਿੰਘ ਛੋਟੇਪੁਰ ਪਹੁੰਚੇ ਅਤੇ ਨਿਸ਼ਾਨੇ ਉੱਤੇ ਉਹਨਾਂ ਬਾਦਲ ਸਾਹਿਬ ਨੂੰ ਹੀ ਰੱਖਿਆ। ਸਵਾਮੀਨਾਥਨ ਕਮਿਸ਼ਨ ਉਹਦੀਆਂ ਰਿਪੋਰਟਾਂ ਲਾਗੂ ਹੋਣੀਆਂ ਚਾਹੀਦੀਆਂ ਤਾਂ ਕਿੰਨੇ ਕਰਨੀਆਂ ਨੇ, ਉਹ ਮੁੱਖ ਮੰਤਰੀ ਨੇ ਕਰਨੀਆਂ ਨੇ। ਦਿੱਲੀ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਆ, ਅੱਗੇ ਤਾਂ ਇਹਨਾਂ ਕੋਈ ਬਹਾਨਾ ਸੀ ਵੀ ਸਾਡੀ ਕੋਈ ਗੱਲ ਨਹੀਂ ਸੁਣਦਾ, ਅਤੇ ਹੁਣ ਤਾਂ ਕਹਿੰਦੇ ਸੀ ਵੀ ਸਾਨੂੰ ਦਿੱਲੀ ਦੇ ਵਿੱਚ ਵੀ ਜਿਤਾਓ ਅਤੇ ਮੋਦੀ ਸਾਹਿਬ ਸਾਡੇ ਉਹ ਟਰੱਕਾਂ ਨਾਲ ਪੈਸਾ ਭੇਜਣਗੇ, ਪੰਜਾਬ ਦੇ ਹਾਲਾਤ ਸੁਧਰਨਗੇ। ਅਤੇ ਚਾਹੀਦਾ ਉਹ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਇੰਪਲੀਮੈਂਟ ਕਰਾਉਣੀਆਂ ਚਾਹੀਦੀਆਂ, ਲਾਗੂ ਕਰਾਉਣੀਆਂ ਚਾਹੀਦੀਆਂ। ਪੰਜਾਬ ਦੀ ਤਾਂ ਬਹੁਤ ਮਾੜੀ ਹਾਲਤ ਆ। ਬਾਦਲ ਸਾਹਿਬ ਇਲੈਕਸ਼ਨ ਦੇ ਦਿਨਾਂ ਵਿੱਚ ਕਹਿੰਦੇ ਕੋਸ਼ਿਸ਼ ਕਰਦੇ ਕੋਸ਼ਿਸ਼, ਜਦੋਂ ਉਹਨੂੰ ਤਾਕਤ ਮਿਲਦੀ ਆ ਉਹ ਟਾਈਮ ਉਹ ਜਾਇਆ ਕਰ ਦਿੰਦੇ ਆ, ਉਦੋਂ ਸਾਰਾ ਕੁਝ ਉਹ ਆਪਣਾ ਕਾਰੋਬਾਰ ਆਪਣਾ ਬਿਜ਼ਨਸ ਪ੍ਰਮੋਟ ਕਰਨ 'ਤੇ ਲਾ ਲੈਂਦੇ ਆ, ਅਤੇ ਜਦੋਂ ਇਲੈਕਸ਼ਨ ਆਉਂਦੀ ਆ ਉਦੋਂ ਉਹਨਾਂ ਨੂੰ ਦਿੱਲੀ ਦੇ ਦੰਗੇ ਯਾਦ ਆ ਜਾਂਦੇ ਆ, ਉਦੋਂ ਦਰਬਾਰ ਸਾਹਿਬ ਦਾ ਅਟੈਕ ਯਾਤੇ 'ਤੇ ਆ ਜਾਂਦਾ, ਉਦੋਂ SYL ਯਾਦ ਆ ਜਾਂਦੀ ਆ, ਉਦੋਂ ਕਿਸਾਨ ਦੀ ਜਿਹੜਾ ਲਾਹੇਵੰਦ ਧੰਦਾ ਨਹੀਂ ਰਿਹਾ ਇਹ ਯਾਦ ਆ ਜਾਂਦਾ। ਸਾਰੀਆਂ ਫਜ਼ੂਲ ਗੱਲਾਂ ਕਰਦੇ ਆ, ਇਹਨਾਂ ਦੇ ਕੋਲ ਹੋਰ ਕੋਈ ਮੁੱਦਾ ਨਹੀਂ। ਕਦੀ SYL ਦਾ ਲੈ ਆਉਣਗੇ, ਕਦੀ ਪਿਓ ਦਾ ਲੈ ਆਉਣਗੇ, ਕਦੀ ਇਹੋ ਜਿਹੀ ਕਨਫਿਊਜ਼ਨ ਕ੍ਰੀਏਟ ਕਰਨਗੇ ਭਗਵੰਤ ਮਾਨ ਇਸ ਤਰ੍ਹਾਂ ਕਹਿ ਰਿਹਾ, ਕਦੀ ਕਹਿਣਗੇ ਫੁਲਕਾ ਜੀ ਐਵੇਂ ਕਹਿ ਰਿਹਾ। ਉਹ ਸਾਡੀ ਪਾਰਟੀ ਦੇ ਸਤਿਕਾਰਯੋਗ ਬੰਦੇ ਕਿਤੇ ਵੀ ਨਹੀਂ, ਕਦੀ ਵੀ ਉਹ ਪਾਰਟੀ ਤੋਂ ਪਾਸੇ ਜੋੜਦੇ, ਸੋਚਦੇ ਵੀ ਸੋਚ ਵੀ ਨਹੀਂ ਸਕਦੇ।